ਹੈਲੋ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਮਾਤ ਚੌਥੀ ਦੇ ਸਾਰੇ ਵਿਦਿਆਰਥੀਆਂ ਦਾ ਤਹਿ ਦਿਲ ਤੋਂ ਸਵਾਗਤ। ਪਿਆਰੇ ਬੱਚਿਓ, ਆਪ ਸਭ ਜਾਣਦੇ ਹੋ ਕਿ ਅਸੀਂ ਅੱਜ ਪੰਜਾਬੀ ਵਿਸ਼ੇ 'ਤੇ ਗੱਲ ਕਰਨ ਵਾਲੇ ਹਾਂ। ਸਾਡਾ ਪਾਠ ਹੈ ਮੱਗੂ ਮਗਰਮੱਛ, ਜਿਸ ਵਿੱਚ ਅਸੀਂ ਇਸ ਪਾਠ ਨੂੰ ਪੜ੍ਹਨ ਉਪਰੰਤ, ਪਹਿਲਾਂ ਪਾਠ ਪੜ੍ਹਿਆ ਸੀ, ਪੜ੍ਹਨ ਉਪਰੰਤ ਫਿਰ ਅਸੀਂ ਇਸਦੀ ਅਭਿਆਸ ਜਿਹੜੀ ਸੀ ਉਹ ਸ਼ੁਰੂ ਕੀਤੀ ਸੀ। ਅੱਜ ਵੀ ਕਰ ਰਹੇ ਹਾਂ, ਅੱਜ ਵੀ ਕਰਾਂਗੇ। ਅਭਿਆਸ ਵਿੱਚ ਅਸੀਂ ਪਹਿਲਾਂ ਕਰ ਚੁੱਕੇ ਹਾਂ ਖਾਲੀ ਥਾਵਾਂ ਭਰੋ ਪ੍ਰਸ਼ਨ ਉੱਤਰ, ਜਿਹੜੇ ਕਿ ਪੇਜ ਨੰਬਰ 77 ਅਤੇ 78 'ਤੇ ਪੰਜਾਬੀ ਤੁਹਾਡੀ ਪੰਜਾਬੀ ਦੀ ਜਿਹੜੀ ਪੁਸਤਕ ਹੈ ਉਸ 'ਤੇ ਅਸੀਂ ਇਸ ਨੂੰ ਕਰ ਚੁੱਕੇ ਹਾਂ। ਅੱਜ ਅਸੀਂ ਪੇਜ ਨੰਬਰ 80 'ਤੇ ਜਿਹੜਾ ਹੈ ਰਹਿੰਦੀ ਅਭਿਆਸ ਜਿਹੜੀ ਆ ਉਸਨੂੰ ਸੰਪੂਰਨ ਕਰਨਾ ਹੈ। ਮੈਂ ਅਰਦਾਸ ਕਰਦਾ ਹਾਂ ਪਰਮਾਤਮਾ ਅੱਗੇ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ, ਔਰ ਇਹ ਵੀ ਆਸ ਕਰਦਾ ਹੈ ਕਿ ਤੁਸੀਂ ਬਿਲਕੁਲ ਸਿਹਤਮੰਦ ਹੋਵੋ ਅਤੇ ਆਪਣੇ ਕਾਰਜ ਜਿਹੜੇ ਨੇ, ਸਕੂਲ ਦੇ ਕੰਮ ਹੈ, ਘਰਾਂ ਦੇ ਵਿੱਚ ਰਹਿ ਕੇ ਜਿਹੜੇ ਕੰਮ ਕਰ ਰਹੇ ਹੋ ਉਹ ਭਲੀਭਾਤ ਕਰ ਰਹੇ ਹੋਵੋਗੇ, ਔਰ ਇੱਕ ਤੰਦਰੁਸਤੀ ਵਾਲਾ ਜੀਵਨ ਬਤੀਤ ਕਰ ਰਹੇ ਹੋਵੋਗੇ। ਮੇਰੀ ਇਹ ਅਰਦਾਸ ਹੈ ਪਰਮਾਤਮਾ ਅੱਗੇ। ਸੋ ਬੱਚਿਓ, ਤੁਹਾਡੇ ਨਾਲ ਬੈਠੇ ਤੁਹਾਡੇ ਮਾਤਾ ਪਿਤਾ, ਤੁਹਾਡੇ ਛੋਟੇ ਵੱਡੇ ਭੈਣ ਭਰਾ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀ ਜਿਨ੍ਹਾਂ ਨੇ ਵੀਡੀਓ ਤੁਹਾਡੇ ਤੱਕ ਪਹੁੰਚਾਈ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਸਵਾਗਤ ਕਰਦਾ ਹਾਂ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਤੋਂ, ਇਸ ਲਈ ਕਿਉਂਕਿ ਉਹਨਾਂ ਦੀ ਬਦੌਲਤ ਹੀ ਬੱਚਿਓ ਤੁਸੀਂ ਇਹ ਵੀਡੀਓ ਦੇਖਦੇ ਹੋ, ਕਿਉਂਕਿ ਉਹੀ ਲਿੰਕ ਤੁਹਾਨੂੰ ਭੇਜਦੇ ਨੇ, ਉਹੀ ਸ਼ੇਅਰ ਕਰਦੇ ਨੇ, ਫਿਰ ਹੀ ਤੁਸੀਂ ਕੰਮ ਕਰ ਪਾਉਂਦੇ ਹੋ। ਕਿਉਂਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਹੈਗੇ ਨੇ ਜਿਹੜੇ ਮੇਰੇ ਸੰਪਰਕ 'ਚ ਨਹੀਂ, ਮੇਰੇ ਆਪਣੀ ਕਲਾਸ, ਮੇਰੇ ਆਪਣੇ ਸਕੂਲ ਤੋਂ ਇਲਾਵਾ ਜਿੰਨੇ ਵੀ ਬੱਚੇ ਨੇ ਉਹ ਸਾਰੇ ਦੇ ਸਾਰੇ ਆਪੋ ਆਪਣੇ ਅਧਿਆਪਕਾਂ 'ਤੇ ਡਿਪੈਂਡੈਂਟ ਨੇ ਕਿ ਜਦੋਂ ਉਹ ਕੰਮ ਭੇਜਦੇ ਨੇ ਤਾਂ ਉਹ ਕਰਦੇ ਨੇ। ਸੋ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿ ਉਹ ਤੁਹਾਡੇ ਤੱਕ ਇਹ ਵੀਡੀਓਜ਼ ਜਿਹੜੇ ਨੇ ਪਹੁੰਚਾਉਂਦੇ ਨੇ, ਤੁਸੀਂ ਕੰਮ ਕਰਦੇ ਹੋ, ਉਹਨਾਂ ਨੂੰ ਫੀਡਬੈਕ ਦਿੰਦੇ ਹੋ, ਅੱਛੀ ਗੱਲ ਹੈ। ਸੋ ਬੱਚਿਓ, ਚਲੋ ਜਲਦੀ ਨਾਲ ਹੁਣ ਸ਼ੁਰੂ ਕਰਦੇ ਹਾਂ ਕਿ ਜਿਹੜੀ ਰਹਿੰਦੀ ਅਭਿਆਸ ਹੈ ਮੱਗੂ ਮਗਰਮੱਛ ਪਾਠ ਦੀ, ਉਸਨੂੰ ਕੰਪਲੀਟ ਕਰਨਾ ਹੈ। ਪਿਛਲੀ ਜਿੰਨੀ ਵੀ ਅਭਿਆਸ ਅਸੀਂ ਕਰ ਚੁੱਕੇ ਹਾਂ, ਅਗਰ ਉਹਦੇ ਸੰਬੰਧ ਵਿੱਚ ਕਿਸੇ ਬੱਚੇ ਦੀ ਕੋਈ ਕੁਐਰੀ ਹੈ ਜਾਂ ਉਹ ਵੀਡੀਓ ਤੁਸੀਂ ਨਹੀਂ ਦੇਖ ਸਕੇ, ਕੰਮ ਨਹੀਂ ਕਰ ਸਕੇ ਅਭਿਆਸ ਦਾ, ਤਾਂ ਤੁਸੀਂ ਮੇਰੇ ਚੈਨਲ ਆਈ ਥਿੰਕ 'ਤੇ ਕਲਿੱਕ ਕਰਨਾ ਹੈ, ਜਿੱਥੇ ਆਈ ਥਿੰਕ ਲਿਖਿਆ ਹੋਇਆ ਹੈ। ਜਦੋਂ ਉਸਨੂੰ ਕਲਿੱਕ ਕਰੋਗੇ ਤਾਂ ਤੁਸੀਂ ਮੇਰੇ ਚੈਨਲ 'ਤੇ ਜਾਓਗੇ, ਤਾਂ ਉੱਪਰ ਬਟਨ ਬਣੇ ਨੇ ਹੋਮ, ਵੀਡੀਓ, ਪਲੇਲਿਸਟ, ਚੈਨਲ ਅਤੇ ਅਬਾਊਟ। ਤੁਸੀਂ ਪਲੇਲਿਸਟ 'ਤੇ ਕਲਿੱਕ ਕਰਨਾ ਹੈ, ਅਤੇ ਪਲੇਲਿਸਟ ਜਦੋਂ ਕਲਿੱਕ ਕਰੋਗੇ ਤਾਂ ਆਪਣੇ ਆਪ ਹੀ ਤੁਹਾਨੂੰ ਤੁਹਾਡੀਆਂ ਕਲਾਸਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ, ਜਿਹਦੇ ਵਿੱਚ ਚੌਥੀ ਕਲਾਸ ਵੀ ਨਜ਼ਰ ਆਏਗੀ। ਚੌਥੀ ਕਲਾਸ ਦੇ ਅੱਗੇ ਮੈਂ ਸਬ ਸੈਕਸ਼ਨ ਬਣਾਏ ਨੇ ਜਿਹਦੇ ਵਿੱਚ ਪੰਜਾਬੀ ਇੱਕ ਸਬ ਸੈਕਸ਼ਨ ਹੈ, ਉਸਨੂੰ ਜਦੋਂ ਟੱਚ ਕਰੋਗੇ ਉਹ ਖੁੱਲੇਗਾ, ਤਾਂ ਸਾਰੀਆਂ ਪੰਜਾਬੀ ਦੀਆਂ ਵੀਡੀਓ ਜਿੰਨੀਆਂ ਵੀ ਪੋਸਟ ਹੁਣ ਤੱਕ ਹੋਈਆਂ ਨੇ ਜਾਂ ਮੈਂ ਵਿਖਾਈਆਂ ਨੇ ਜਾਂ ਦਿੱਤੀਆਂ ਨੇ, ਤੁਸੀਂ ਤੁਹਾਡੇ ਅਧਿਆਪਕਾਂ ਨੇ ਸ਼ੇਅਰ ਕੀਤੀਆਂ ਨੇ, ਉਹ ਸਾਰੀਆਂ ਨਜ਼ਰ ਆ ਜਾਣਗੀਆਂ। ਸੋ ਇਸ ਤਰ੍ਹਾਂ ਤੁਸੀਂ ਉਹ ਵੀਡੀਓ ਲੱਭ ਕੇ ਦੇਖ ਸਕਦੇ ਹੋ। ਸੋ ਅੱਜ ਗੱਲ ਕਰਦੇ ਹਾਂ ਜਿਹੜੀ ਅਭਿਆਸ ਸਾਡੀ ਪੈਂਡਿੰਗ ਹੈ, ਰਹਿੰਦੀ ਹੈ ਮੱਗੂ ਮਗਰਮੱਛ ਪਾਠ ਦੀ, ਪਾਠ ਨੰਬਰ 13, ਉਸਨੂੰ ਕਰਾਂਗੇ ਪੇਜ ਨੰਬਰ 80 'ਤੇ। ਸਾਰੇ ਬੱਚੇ ਆਪਣੀ ਕਿਤਾਬਾਂ ਕੱਢ ਲਓ, ਔਰ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਇੱਕ ਖਾਕਾ ਨਜ਼ਰ ਆਏਗਾ ਜਿਹਦੇ 'ਤੇ ਲਿਖਿਆ ਹੋਇਆ ਕਿ ਆਪਣੇ ਆਪ ਕਿਸੇ ਮਨਪਸੰਦ ਪੰਛੀ ਦੀ ਤਸਵੀਰ ਜਿਹੜੀ ਹੈ ਉਹ ਤੁਸੀਂ ਬਣਾਉਣੀ ਹੈ। ਬੇਟਾ, ਇਹ ਉਹਨਾਂ ਨੇ ਕਿਉਂ ਕਿਹਾ ਤਸਵੀਰ ਬਣਾਉਣੀ ਹੈ ਮਨਪਸੰਦ? ਕਿਉਂਕਿ ਮੱਗੂ ਮਗਰਮੱਛ ਪਾਠ ਦੇ ਵਿੱਚ ਜਦੋਂ ਗੱਲ ਚੱਲਦੀ ਹੈ ਸਫਾਈ ਦੀ, ਦੰਦਾਂ ਦੀ ਸਫਾਈ ਦੀ, ਤਾਂ ਜਿਹੜੀ ਚਿੜੀ ਹੈ ਅਤੇ ਗੁਟਾਰ ਹੈ ਉਹ ਸਾਰਿਆਂ ਨੂੰ ਨਿਰਦੇਸ਼ ਕਰਦੇ ਨੇ, ਦੱਸਦੇ ਨੇ, ਸਮਝਾਉਂਦੇ ਨੇ ਕਿ ਦੰਦਾਂ ਦੀ ਸਫਾਈ ਕਿਉਂ ਜ਼ਰੂਰੀ ਹੈ, ਕਿਉਂ ਸਫਾਈ ਰੱਖਣੀ ਚਾਹੀਦੀ ਹੈ, ਕੀ ਲਾਭ ਨੇ ਸਫਾਈ ਨਾ ਰੱਖਣ ਦੇ, ਕੀ ਨੁਕਸਾਨ ਹੋਣਗੇ ਵਗੈਰਾ ਵਗੈਰਾ।
ਸੋ ਇਹ ਸਾਰੀਆਂ ਗੱਲਾਂ ਪੰਛੀ ਕਰਦੇ ਨੇ ਤਾਂ ਅਲੱਗ ਅਲੱਗ ਪੰਛੀਆਂ ਦੀ ਅਲੱਗ ਅਲੱਗ ਟੋਨ ਹੈ, ਅਲੱਗ ਅਲੱਗ ਵਿਚਾਰ ਨੇ, ਅਲੱਗ ਅਲੱਗ ਗੱਲਬਾਤ ਹੈ। ਸੋ ਉਹਨਾਂ ਪੰਛੀਆਂ ਦੀ ਗੱਲਬਾਤ ਤਾਂ ਇੱਕ ਪਾਸੇ, ਕੁਝ ਬੱਚਿਆਂ ਨੂੰ ਪੰਛੀ ਬੜੇ ਪਸੰਦ ਹੁੰਦੇ ਨੇ ਔਰ ਵੱਖ ਵੱਖ ਪੰਛੀ ਪਸੰਦ ਹੁੰਦੇ ਨੇ। ਜਿਵੇਂ ਕਿਸੇ ਬੱਚੇ ਨੂੰ ਘੁੱਗੀ ਬੜੀ ਪਸੰਦ ਹੈ, ਠੀਕ ਹੈ, ਇਹਨੂੰ ਪਿਜਨ ਕਹਿੰਦੇ ਹਾਂ। ਕਈਆਂ ਨੂੰ ਤੋਤਾ ਬੜਾ ਪਸੰਦ ਹੈ, ਜਿਹਨੂੰ ਪੈਰਟ ਕਹਿੰਦੇ ਹਾਂ। ਕਈਆਂ ਨੂੰ ਕਾਂ ਬੜਾ ਚੰਗਾ ਲੱਗਦਾ, ਠੀਕ ਹੈ, ਕਾਲੇ ਰੰਗ ਦਾ ਜੋ ਹੁੰਦਾ, ਕਾਲਾ ਰੰਗ ਕਈਆਂ ਨੂੰ ਬੜਾ ਪਸੰਦ ਹੁੰਦਾ। ਸੋ ਕਈਆਂ ਨੂੰ ਕਰੋਹ ਪਸੰਦ ਹੈ, ਕਈਆਂ ਨੂੰ ਜਿਹੜੀ ਸਪੈਰੋ ਚਿੜੀ ਪਸੰਦ ਹੈ। ਇਸ ਤਰ੍ਹਾਂ ਬਹੁਤ ਸਾਰੇ ਪੰਛੀ ਨੇ ਜਿਹੜੇ ਵੱਖ ਵੱਖ ਬੱਚਿਆਂ ਨੂੰ ਵੱਖ ਵੱਖ ਢੰਗ ਨਾਲ ਪਸੰਦ ਹੁੰਦੇ ਨੇ। ਸੋ ਤੁਸੀਂ ਇੱਕ ਤਸਵੀਰ ਦੀ ਨੂੰ ਵੇਖ ਕੇ ਉਸਦੀ ਨਕਲ ਕਰਕੇ ਇਮੀਟੇਟ ਕਰਕੇ ਉਸਦੀ ਤੁਸੀਂ ਤਸਵੀਰ ਇੱਥੇ ਬਣਾ ਸਕਦੇ ਹੋ। ਜਿਵੇਂ ਮੈਂ ਤੁਹਾਨੂੰ ਆਈਡੀਆ ਦਿੰਦਾ, ਕਿਉਂਕਿ ਮੇਰੀ ਡਰਾਇੰਗ ਇੰਨੀ ਚੰਗੀ ਨਹੀਂ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਦੱਸ ਸਕਾਂ ਕਿ ਇੱਕ ਤਸਵੀਰ ਕਿਵੇਂ ਬਣਾਈ ਜਾ ਸਕਦੀ ਹੈ। ਜਿਵੇਂ ਮੈਂ ਇੱਕ ਚਿੜੀ ਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦਾ, ਤੁਸੀਂ ਉਸਨੂੰ ਚਿੜੀ ਮੰਨ ਲਿਓ, ਗੁਟਾਰ ਮੰਨ ਲਿਓ, ਜੋ ਵੀ ਤੁਹਾਨੂੰ ਤਸਵੀਰ 'ਚ ਨਜ਼ਰ ਆਵੇ ਤੁਸੀਂ ਉਸਨੂੰ ਮੰਨ ਸਕਦੇ ਹੋ। ਸੋ ਚਲੋ ਮੈਂ ਇਹ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦਾ। ਇਸ ਤਰ੍ਹਾਂ ਬੇਟਾ ਮੈਂ ਕੋਸ਼ਿਸ਼ ਕੀਤੀ ਹੈ ਪੰਛੀ ਨੂੰ ਬਣਾਉਣ ਦੀ। ਤੁਸੀਂ ਚਿੜੀ ਮੰਨ ਲਓ ਜਾਂ ਗਿਟਾਰ ਮੰਨ ਲਓ, ਇਹਨੂੰ ਇਹ ਤੁਹਾਡੇ 'ਤੇ ਡਿਪੈਂਡ ਹੈ। ਸੋ ਬੇਟਾ ਤੁਸੀਂ ਵੀ ਕੋਈ ਵੀ ਪੰਛੀ ਡਰਾ ਕਰ ਸਕਦੇ ਹੋ, ਫਿਰ ਉਸ 'ਚ ਰੰਗ ਭਰ ਸਕਦੇ ਹੋ, ਠੀਕ ਹੈ, ਕੋਈ ਵੀ ਰੰਗ ਭਰ ਸਕਦੇ ਹੋ। ਜਿਵੇਂ ਮੈਂ ਕੋਸ਼ਿਸ਼ ਕਰਾਂ ਇਹਦੇ ਵਿੱਚ ਕੁਛ ਲਾਲ ਰੰਗ ਭਰਾਂ, ਹੈ ਨਾ, ਇਸ ਤਰ੍ਹਾਂ ਤੁਸੀਂ ਵੀ ਵੱਖ ਵੱਖ ਕਲਰ ਜਿਹੜੇ ਆ ਇਹਨਾਂ 'ਚ ਭਰ ਕੇ ਇਸ ਨੂੰ ਅਟਰੈਕਟਿਵ ਕਰ ਸਕਦੇ ਹੋ, ਸੋਹਣਾ ਦਿਖਾ ਸਕਦੇ ਹੋ, ਠੀਕ ਹੈ ਨਾ। ਤੁਸੀਂ ਵੀ ਇਹ ਤਸਵੀਰ ਇਸ ਤਰ੍ਹਾਂ ਬਣਾ ਸਕਦੇ ਹੋ, ਆਈਡੀਆ ਤੁਹਾਨੂੰ ਮੈਂ ਦਿੱਤਾ ਹੋਇਆ। ਓਕੇ, ਸੋ ਅਗਲਾ ਪੋਰਸ਼ਨ ਦੇਖਦੇ ਹਾਂ। ਇਸ ਨੂੰ ਤੁਸੀਂ ਸਕਰੀਨਸ਼ਾਟ ਕਰਕੇ ਵੀ ਖਿੱਚ ਸਕਦੇ ਹੋ ਪੰਛੀ ਬਣਾਉਣ ਵਾਸਤੇ। ਅੱਗੇ ਚੱਲਦੇ ਹਾਂ, ਅੱਗੇ ਹੈ ਸਾਡੇ ਕੋਲ ਦੰਦਾਂ ਦੀ ਸੰਭਾਲ। ਸੋ ਦੰਦਾਂ ਦੀ ਸੰਭਾਲ ਸਾਰੇ ਬੱਚੇ ਕਰਦੇ ਆ, ਬ੍ਰਸ਼ ਕਰਦੇ ਆ, ਕੁਰਲੀ ਕਰਦੇ ਆ, ਸਵੇਰ ਸ਼ਾਮ ਕਰਦੇ ਆ, ਬਸ ਉਹੀ ਕੁਛ ਆਪਾਂ ਇੱਥੇ ਲਿਖਣਾ ਜੋ ਪੁੱਛਿਆ ਗਿਆ ਕਿ ਦੰਦਾਂ ਦੀ ਜਿਹੜੀ ਸੰਭਾਲ ਹੈ ਉਹਨੂੰ ਕਰੀਏ। ਸਭ ਤੋਂ ਪਹਿਲਾਂ ਅਸੀਂ ਦੰਦਾਂ ਦੀ ਸੰਭਾਲ ਜਦੋਂ ਕਰਦੇ ਹਾਂ ਤਾਂ ਅਸੀਂ ਕੀ ਨੁਕਤੇ ਵਰਤਦੇ ਹਾਂ ਸਾਰਾ ਕੁਛ ਇੱਥੇ ਲਿਖਾਂਗੇ। ਜਿਵੇਂ ਅਸੀਂ ਦੰਦਾਂ ਨੂੰ ਕਿਵੇਂ ਸੰਭਾਲਦੇ ਹਾਂ ਉਹ ਇੱਥੇ ਲਿਖਾਂਗੇ, ਇੱਥੇ ਲਿਖਾਂਗੇ ਬ੍ਰਸ਼ ਕਰਕੇ, ਠੀਕ ਹੈ।
ਇਸ ਤੋਂ ਅੱਗੇ ਪੁੱਛਿਆ ਕਦੋਂ, ਸਵੇਰੇ ਅਤੇ ਸ਼ਾਮ। ਠੀਕ ਹੈ, ਦੰਦਾਂ ਦੀ ਆਪਾਂ ਸਫਾਈ ਕਦੋਂ ਕਰਦੇ ਹਾਂ, ਸਵੇਰੇ ਅਤੇ ਸ਼ਾਮ। ਫਿਰ ਕਿਸ ਨਾਲ ਕਰਦੇ ਹਾਂ, ਬ੍ਰੱਸ਼ ਨਾਲ। ਔਰ ਅਖੀਰ 'ਤੇ ਕਿੰਨੇ ਵਾਰ ਕਰਦੇ ਹਾਂ, ਦੋ ਵਾਰ, ਸਵੇਰੇ ਅਤੇ ਸ਼ਾਮ। ਠੀਕ ਹੈ, ਦੋ ਵਾਰ। ਸੋ ਇਸ ਤਰ੍ਹਾਂ ਤੁਸੀਂ ਇਸ ਖਾਕੇ ਨੂੰ ਕੰਪਲੀਟ ਕਰ ਸਕਦੇ ਹੋ, ਇਹ ਜੋ ਡੱਬੇ ਬਣੇ ਹੈ ਇਹਨਾਂ ਨੂੰ ਕੰਪਲੀਟ ਕਰ ਸਕਦੇ ਹੋ। ਸਾਰੇ ਬੱਚੇ ਵੀਡੀਓ ਪੌਜ਼ ਕਰਕੇ ਇਸ ਨੂੰ ਲਿਖ ਲੈਣਗੇ। ਨੈਕਸਟ ਪੇਜ ਨੰਬਰ 81, ਪੇਜ ਨੰਬਰ 81 'ਤੇ ਬੇਟਾ ਅਸੀਂ ਦੀਵਾਲੀ ਦਾ ਲੇਖ ਲਿਖਣਾ। ਠੀਕ ਹੈ, ਕਾਫੀ ਸਪੇਸ, ਕਾਫੀ ਜਗ੍ਹਾ ਤੁਹਾਨੂੰ ਬੁੱਕ ਦੇ ਉੱਪਰ ਦਿੱਤੀ ਗਈ ਹੈ, ਤੁਸੀਂ ਦੀਵਾਲੀ ਉੱਪਰ ਸੁੰਦਰ ਲੇਖ ਲਿਖ ਸਕਦੇ ਹੋ। ਦੀਵਾਲੀ ਵਾਲਾ ਲੇਖ ਜਿਹੜਾ ਹੈ, ਇਸ ਨੂੰ ਕਰਨ ਵਾਸਤੇ ਬੇਟਾ ਤੁਸੀਂ ਆਪਣੇ ਪ੍ਰੂਡੈਂਸ, ਆਪਣੀ ਸਿਆਣਪ ਦੀ ਵਰਤੋਂ ਕਰਨੀ ਹੈ। ਕਿ ਦੀਵਾਲੀ ਵਾਲਾ ਲੇਖ ਅਸੀਂ ਬੜੀ ਵਾਰ ਲਿਖਿਆ ਹੈ, ਜਮਾਤ ਤੀਸਰੀ ਵਿੱਚ ਵੀ ਲਿਖਿਆ ਹੈ, ਤੁਸੀਂ ਵੀ ਕੋਸ਼ਿਸ਼ ਕਰਕੇ ਆਪਣੇ ਦੀਵਾਲੀ ਦਾ ਲੇਖ ਲਿਖਣਾ ਹੈ। ਕਾਫੀ ਲੰਬਾ ਲਿਖਣ ਦੀ ਜ਼ਰੂਰਤ ਨਹੀਂ ਹੈ, ਘੱਟੋ ਘੱਟ 10 ਤੋਂ ਲੈ ਕੇ 15 ਤੱਕ ਵਾਕ ਤੁਸੀਂ ਲਿਖ ਸਕਦੇ ਹੋ ਅਤੇ ਤੁਹਾਡਾ ਕੰਪਲੀਟ ਹੋ ਜਾਏਗਾ ਦੀਵਾਲੀ ਦਾ ਲੇਖ। ਘੱਟੋ ਘੱਟ 15 ਵਾਕ ਜ਼ਰੂਰ ਲਿਖੋ। ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਘੱਟੋ ਘੱਟ 15 ਵਾਕ ਜਿਹੜੇ ਨੇ ਜ਼ਰੂਰ ਲਿਖਣੇ ਨੇ, ਤਾਂ ਕਿ ਚੰਗੀ ਤਰ੍ਹਾਂ ਤੁਹਾਨੂੰ ਦੀਵਾਲੀ ਦਾ ਲੇਖ ਜਿਹੜਾ ਵਾ ਉਹ ਸਮਝ ਵੀ ਆਵੇ। ਸੋ ਦੀਵਾਲੀ ਦਾ ਲੇਖ ਤੁਸੀਂ ਖੁਦ ਲਿਖਣਾ, ਆਪ ਆਪਣੇ ਅਧਿਆਪਕ ਨੂੰ ਜ਼ਰੂਰ ਸੈਂਡ ਕਰੋ। ਅਧਿਆਪਕਾਂ ਜੀ ਨੂੰ ਜੋ ਸੈਂਡ ਕਰੋਗੇ ਤਾਂ ਤੁਹਾਨੂੰ ਚੈੱਕ ਕਰਨਗੇ ਕਿ ਤੁਸੀਂ ਸਹੀ ਕੀਤਾ ਜਾਂ ਨਹੀਂ ਕੀਤਾ। ਸੋ ਬੇਟਾ ਅੱਜ ਇੰਨਾ ਹੀ, ਕਿਉਂਕਿ ਤੁਹਾਡੀ ਅਭਿਆਸ ਜਿਹੜੀ ਹੈ ਉਹ ਇੱਥੇ ਕੰਪਲੀਟ ਹੋ ਚੁੱਕੀ ਹੈ। ਪਾਠ ਸੀ ਮਗੂ ਮਗਰਮੱਛ, ਜਿਹੜੀ ਅੱਜ ਅਸੀਂ ਅਭਿਆਸ ਕੀਤੀ ਹੈ। ਹੁਣ ਮੈਂ ਸਾਰੇ ਬੱਚਿਆਂ ਨੂੰ ਦੀਵਾਲੀ ਤੋਂ ਇਲਾਵਾ ਇੱਕ ਹੋਰ ਕੰਮ ਦੇਣਾ ਚਾਹਾਂਗਾ, ਉਹ ਇਹ ਕਿ ਤੁਸੀਂ ਮਗੂ ਮਗਰਮੱਛ ਸਾਰਾ ਪਾਠ ਜਿਹੜਾ ਉਹ ਪੜ੍ਹਨਾ। ਇਸਦਾ ਆਪਾਂ ਇੱਕ ਟੈਸਟ ਬੇਸਡ ਇੱਕ ਤਿਆਰ ਕਰਾਂਗੇ, ਕਿਉਂਕਿ ਤੁਹਾਡੇ ਜਿਹੜੇ ਐਗਜ਼ਾਮ ਆਉਣ ਵਾਲੇ ਨੇ 15 ਤੋਂ ਸ਼ੁਰੂ ਨੇ, ਔਰ ਜਦੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਸ਼ਾਇਦ ਉਦੋਂ ਤੁਹਾਡਾ ਐਗਜ਼ਾਮ ਵੀ ਹੋਵੇ, ਅਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤਿਆਰੀ ਜਿਹੜੀ ਹੈ ਲੈਸਨ ਨੰਬਰ 1 ਤੋਂ ਲੈ ਕੇ 15 ਤੱਕ ਜਿੰਨੇ ਵੀ ਤੁਹਾਨੂੰ ਲੈਸਨ ਕਰਵਾਏ ਗਏ ਨੇ, ਲੈਸਨ ਨੰਬਰ 13 ਤੱਕ ਜ਼ਰੂਰ ਤਿਆਰੀ ਕਰੋ। ਜਿਹੜੇ ਦੋ ਲੈਸਨ ਨੇ ਤੁਹਾਡੇ, ਕਿਉਂਕਿ ਦੁਹਰਾਈ ਚੱਲ ਰਹੀ ਹੈ, ਕੰਮ ਕਰਵਾ ਰਿਹਾ ਤੁਹਾਨੂੰ ਨਾਲ ਨਾਲ ਮੈਂ, ਉਹ ਤੁਸੀਂ ਖੁਦ ਵੀ ਤਿਆਰ ਕਰ ਸਕਦੇ ਹੋ ਅਗਰ ਉਹ ਟਾਈਮ ਦੇ ਵਿੱਚ, ਕਿਉਂਕਿ ਮੈਂ ਇੱਕ ਦਿਨ ਦੇ ਵਿੱਚ 5 ਵੀਡੀਓ ਪੋਸਟ ਕਰਦਾ ਹਾਂ, ਪਹਿਲੀ ਕਲਾਸ ਤੋਂ ਲੈ ਕੇ 5ਵੀਂ ਤੱਕ। ਹੋ ਸਕਦਾ ਉਦੋਂ ਵੀਡੀਓ ਨਾ ਬਣੇ, ਤੁਸੀਂ ਆਪਣੀ ਤਿਆਰੀ ਖੁਦ ਜ਼ਰੂਰ ਕਰਨੀ ਹੈ। ਸੋ ਆਪਣੇ ਘਰਾਂ 'ਚ ਸਿਹਤ ਸੁਰੱਖਿਅਤ ਰਹਿਣ ਲਈ ਮਾਸਕ ਦੀ ਵਰਤੋਂ ਕਰਨੀ ਹੈ, ਲਗਾਤਾਰ ਹੱਥਾਂ ਧੋਂਦੇ ਰਹਿਣਾ ਅਤੇ ਸੋਸ਼ਲ ਡਿਸਟੈਂਸ ਜਿਹੜਾ ਬਣਾ ਕੇ ਰੱਖਣਾ। ਸੋ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਵੀਡੀਓ ਜ਼ਰੂਰ ਸ਼ੇਅਰ ਕਰਿਓ, ਤਾਂ ਕਿ ਮੇਰੀਆਂ ਗੱਲਾਂ ਨਾਲ ਬੱਚੇ ਕੁਝ ਸਿੱਖ ਸਕਣ, ਅਮਲ ਕਰ ਸਕਣ ਅਤੇ ਆਪਣੀ ਤਿਆਰੀ ਜਿਹੜੀ ਹੈ ਦਸੰਬਰ ਟੈਸਟ ਜਿਹੜੀ ਉਹ ਕਰ ਸਕਣ। ਇਹਨਾਂ ਗੱਲਾਂ ਦੇ ਨਾਲ ਹੀ ਮੈਂ ਵਿਦਾ ਚਾਹੁੰਦਾ, ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਪਿਆਰ ਅਤੇ ਮੇਰੇ ਸਤਿਕਾਰ ਸਹਿਯੋਗ ਅਧਿਆਪਕ ਸਾਥੀ ਅਤੇ ਤੁਹਾਡੇ ਮਾਤਾ ਪਿਤਾ, ਉਹਨਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ।